ਇਲੈਕਸ਼ਨ ਜਿਹੜੇ ਆਉਣ ਲੱਗੇ, ਕਿਹਦੀ ਸਰਕਾਰ ਜਿਹੜੀ ਆਪਣੇ ਪੰਜਾਬ ਦੇ ਵਿੱਚ ਦੇਖਣਾ ਚਾਹੁੰਦੇ? ਬੀਜੇਪੀ ਸਰਕਾਰ ਜੀ, ਮੋਦੀ ਸਾਹਿਬ ਜਿੰਦਾਬਾਦ। 10 ਵਿੱਚੋਂ ਕਿੰਨੇ ਨੰਬਰ ਦੋਗੇ? 10 ਚੋਂ ਮੈਂ 11 ਨੰਬਰ ਦਊਂਗਾ। ਦੇਖੋ ਜੀ, ਜਿਹੜੀ ਪਹਿਲਾਂ ਪ੍ਰੀਵੀਅਸ ਪਰਫਾਰਮੈਂਸ ਦੇਖਾਂਗੇ, ਹਾਂ, ਇਹ ਕਿਹੜੇ ਰਾਜ 'ਚ ਕੀ ਹੋਇਆ ਕੀ ਨਹੀਂ ਹੋਇਆ, ਫਿਰ ਬਾਕੀ ਹੋਰ ਓਵਰਆਲ ਇੰਪ੍ਰੈਸ਼ਨ ਕਿਹੜੀ ਪਾਰਟੀ ਦਾ ਕਿੱਦਾਂ ਦਾ, ਉਹ ਵੇਖ ਕੇ ਜਿਹੜੀ ਚੰਗੀ ਲੱਗੂ ਉਹ ਜਾਣੀ ਚਾਹੀਦੀ। ਮੈਡਮ, ਅਸੀਂ ਤਾਂ ਚਾਹੁੰਦੇ ਹਾਂ ਵੀ ਜਿਹੜੀ ਸੈਂਟਰ ਦੇ ਵਿੱਚ ਸਟਰੋਂਗ ਸਰਕਾਰ ਚੱਲ ਰਹੀ ਹੈ, ਉਹਦਾ ਹੀ ਹੱਥ ਹੋਰ ਮਜ਼ਬੂਤ ਹੋਵੇ ਸਟੇਟਾਂ 'ਚ, ਉਹਦੀ ਸਰਕਾਰਾਂ ਬਣਨ। ਕਿਉਂਕਿ ਇਹ ਸਟੇਟ ਦੇ ਇਲੈਕਸ਼ਨ ਨਹੀਂ ਹੈ ਵੀ ਅਸੀਂ ਸਟੇਟ ਦਾ ਮੁੱਦਾ ਕੋਈ ਦੇਖੀਏ ਵੀ ਸਾਡੀ ਕੋਈ ਨਾਲੀ ਬਣੀ ਕਿ ਸੜਕ ਬਣੀ ਜਾਂ ਕੁਝ ਨਹੀਂ, ਲੁਧਿਆਣੇ ਦਾ ਸਫ਼ਰ ਹੈ, ਇਹ ਦੇਸ਼ ਦਾ ਮਸਲਾ ਹੈਗਾ। ਇਸ ਕਰਕੇ ਦੇਸ਼ ਦੇ ਵਿੱਚ ਉਹ ਵਧੀਆ ਕੰਮ ਕਰ ਰਹੇ, 9-10 ਸਾਲ ਹੋ ਗਏ ਪੰਜਾਬ 'ਚ ਅਕਾਲੀ ਦਲ ਦੀ ਸਾਰੀ ਸਟੇਟ ਜਿੱਤੇ ਗਏ 13-13। ਕਿਉਂ ਚਾਹੁੰਦੇ ਹੋ ਕਿ ਉਹਦੀ ਸਰਕਾਰ, ਉਹਨਾਂ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ? ਪੰਜਾਬ ਦੇ ਭਲਾ ਸਰਕਾਰ ਨੇ ਜਿੰਨੀ ਡਿਵੈਲਪਮੈਂਟ ਹੋਈ ਹੈ ਸਾਰੀ, ਸੜਕਾਂ ਦੀ, ਮੰਡੀਆਂ ਦੀ, ਸਮਝੇ ਸਾਰਾ ਕੁਝ ਸਾਰੀ ਅਕਾਲੀ ਦਲ ਦੀ ਸਰਕਾਰ ਹੀ ਕਰਦੀ ਰਹੀ ਹੈ। ਜਿੰਨੇ ਵੀ ਨਖਾਲੇ ਬਣੇ, ਨਹਿਰਾਂ ਬਣੀਆਂ, ਸਾਰੀਆਂ ਅਕਾਲੀ ਦਲ ਦੀ ਸਰਕਾਰ ਕਰਦੇ ਹੀ ਰਹੀ ਹੈ, ਲੋਕਾਂ ਦੇ ਭਲੇ ਕਰਦੇ ਰਹੀ ਹੈ। ਅੱਜ ਕਿਉਂ ਨਹੀਂ ਜਾਂਦੇ ਬਾਕੀ ਹੋਰ ਸਰਕਾਰਾਂ ਵੀ ਇੱਥੇ? ਆਮ ਆਦਮੀ ਪਾਰਟੀ ਆਈ, ਕੀ ਡਿਵੈਲਪਮੈਂਟ ਕੀਤੀ? ਰੋਜ਼ ਬੰਦੇ ਮਰਦੇ ਆ, ਕੀ ਹਾਲ ਹੁੰਦਾ? ਰੋਜ਼ ਐਕਸੀਡੈਂਟ ਹੁੰਦੇ ਆ, ਕੀ ਹਾਲ ਹੁੰਦਾ? ਪੰਜਾਬ ਦੇ ਪੈਸੇ ਭਗਵੰਤ ਮਾਨ ਇੱਥੋਂ ਦਾ ਜਹਾਜ਼ ਲੈ ਕੇ ਅਤੇ ਕੇਜਰੀਵਾਲ ਲੈ ਕੇ ਦਿੱਲੀ ਦੂਜੇ ਸੂਬੇ 'ਚ ਤੁਰਿਆ ਫਿਰਦਾ। ਪੰਜਾਬ ਦਾ ਮੁੱਖ ਮੰਤਰੀ ਆ, ਤੂੰ ਇੱਥੇ ਲੋਕਾਂ ਦਾ ਭਲਾ ਕਰ, ਲੋਕਾਂ 'ਚ ਤਕਲੀਫ ਹੈ ਉਹਨਾਂ ਦੀ ਤਕਲੀਫ ਤੱਕ ਦੂਰ ਕਰ। ਤੂੰ ਤਾਂ ਉਹਨਾਂ ਦਾ ਜਿਹੜਾ ਮੁਨਸ਼ੀ ਆ ਕੇਜਰੀਵਾਲ ਦਾ। ਸਿਟੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੇ ਆ ਚੁੱਕੇ ਆ, ਅਤੇ ਅੱਜ ਅਸੀਂ ਪਬਲਿਕ ਦਾ ਓਪੀਨੀਅਨ ਲੈਂਦੇ ਹਾਂ ਕਿ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਦੇਖਣਾ ਉਹ ਪਸੰਦ ਕਰਨਗੇ, ਬੀਜੇਪੀ ਦੀ, ਆਮ ਆਦਮੀ ਪਾਰਟੀ ਦੀ ਜਾਂ ਫਿਰ ਕਾਂਗਰਸ ਦੀ। ਅਤੇ ਆਈਏ ਲੋਕਾਂ ਨਾਲ ਗੱਲ ਕਰਦੇ। ਤੋ ਇੱਥੇ ਲੋਕ ਸਾਡੇ ਨਾਲ ਮੌਜੂਦ ਹੈ, ਆਪਾਂ ਉਹਨਾਂ ਨਾਲ ਗੱਲ ਕਰਦੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਇਲੈਕਸ਼ਨ ਜਿਹੜੇ ਆਉਣ ਲੱਗੇ, ਕਿਹਦੀ ਸਰਕਾਰ ਜਿਹੜੀ ਆਪਣੇ ਪੰਜਾਬ ਦੇ ਵਿੱਚ ਦੇਖਣਾ ਚਾਹੁੰਦੇ ਹੋ? ਬੀਜੇਪੀ ਸਰਕਾਰ ਜੀ, ਮੋਦੀ ਸਾਹਿਬ ਜਿੰਦਾਬਾਦ। ਬਿਲਕੁਲ ਜਾਣੇ, ਅਸੀਂ 100% ਜਾਣੇ ਆ। ਅਸੀਂ ਮਹਾਮਾਈ ਚਿੰਤਪੁਰਨੀ ਦੇ ਦਰਸ਼ਨ ਕਰਨ ਵੀ ਜਾਵਾਂਗੇ ਮੋਦੀ ਸਰਕਾਰ ਬਣਨ ਤੋਂ ਬਾਅਦ। ਤੁਹਾਨੂੰ ਪਤਾ ਪੰਜਾਬ ਦੇ ਵਿੱਚ ਇਲੈਕਸ਼ਨ ਜਿਹੜੇ ਆਉਣ ਲੱਗੇ ਆ, ਕਿਹਦੀ ਸਰਕਾਰ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਆਵੇ? ਦੇਖੋ ਜੀ, ਜਿਹੜੀ ਪਹਿਲਾਂ ਪ੍ਰੀਵੀਅਸ ਪਰਫਾਰਮੈਂਸ ਦੇਖਾਂਗੇ, ਹਾਂ, ਇਹ ਕਿਹੜੇ ਰਾਜ 'ਚ ਕੀ ਹੋਇਆ ਕੀ ਨਹੀਂ ਹੋਇਆ, ਫਿਰ ਬਾਕੀ ਹੋਰ ਓਵਰਆਲ ਇੰਪ੍ਰੈਸ਼ਨ ਕਿਹੜੀ ਪਾਰਟੀ ਦਾ ਕਿੱਦਾਂ ਦਾ, ਉਹ ਵੇਖ ਕੇ ਜਿਹੜੀ ਚੰਗੀ ਲੱਗੂ ਉਹ ਜਾਣੀ ਚਾਹੀਦੀ। ਕੀ ਬਾਤ ਹੈ! ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਮੈਡਮ। ਸਰ, ਕੀ ਜਾਣਦੇ ਹੋ ਇਸ ਬਾਰੇ, ਕਿਹੜੀ ਸਰਕਾਰ ਆਵੇ ਪੰਜਾਬ ਦੇ ਵਿੱਚ? ਦੇਖੋ ਮੈਡਮ, ਅਸੀਂ ਤਾਂ ਚਾਹੁੰਦੇ ਹਾਂ ਵੀ ਜਿਹੜੀ ਸੈਂਟਰ ਦੇ ਵਿੱਚ ਸਟਰੋਂਗ ਸਰਕਾਰ ਚੱਲ ਰਹੀ ਹੈ, ਉਹਦਾ ਹੀ ਹੱਥ ਹੋਰ ਮਜ਼ਬੂਤ ਹੋਵੇ ਸਟੇਟਾਂ 'ਚ, ਉਹਦੀ ਸਰਕਾਰਾਂ ਬਣਨ। ਬੀਜੇਪੀ, ਹਾਂਜੀ ਹਾਂਜੀ, ਚਾਹੁੰਦੇ ਹੋ ਕਿ ਮੋਦੀ ਆਵੇ? ਬਿਲਕੁਲ ਦੁਬਾਰਾ ਚਾਹੁੰਦੇ ਹਾਂ ਜੀ ਆਵੇ। ਕਿਉਂਕਿ ਇਹ ਸਟੇਟ ਦੇ ਇਲੈਕਸ਼ਨ ਨਹੀਂ ਹੈ ਵੀ ਅਸੀਂ ਸਟੇਟ ਦਾ ਮੁੱਦਾ ਕੋਈ ਦੇਖੀਏ ਵੀ ਸਾਡੀ ਕੋਈ ਨਾਲੀ ਬਣੀ ਕਿ ਸੜਕ ਬਣੀ ਜਾਂ ਕੁਝ ਨਹੀਂ, ਲੁਧਿਆਣੇ ਦਾ ਸਫ਼ਰ ਹੈ, ਇਹ ਦੇਸ਼ ਦਾ ਮਸਲਾ ਹੈਗਾ। ਇਸ ਕਰਕੇ ਦੇਸ਼ ਦੇ ਵਿੱਚ ਉਹ ਵਧੀਆ ਕੰਮ ਕਰ ਰਹੇ, 9-10 ਸਾਲ ਹੋ ਗਏ, ਸਾਨੂੰ ਤਾਂ ਵਧੀਆ ਲੱਗਦਾ ਜੀ। ਐਵੇਂ ਕਹੀਏ, ਆਪਣੀ ਪਰਸਨਲ ਰਾਏ ਸਮਝ ਲਓ ਜਾਂ ਜੋ ਮਰਜ਼ੀ ਸਮਝ ਲਓ, ਅਸੀਂ ਉਹਨੂੰ ਰਿਪੀਟ ਚਾਹੁੰਦੇ ਹਾਂ ਜੀ। 10 ਵਿੱਚੋਂ ਕਿੰਨੇ ਨੰਬਰ ਦੇਣੇ ਚਾਹੋਗੇ ਜੇਕਰ 20 ਦੇ ਦਾਂਗੇ ਉਹਨੂੰ ਜੀ? 20, ਹਾਂ ਹਾਂ। ਕਾਰਨ ਕੀ ਹੈ? ਕਾਰਨ ਉਹੀ ਵੀ ਸਾਨੂੰ ਅੱਛਾ ਲੱਗਦਾ, ਉਹ ਸਾਨੂੰ ਉਹਦੀ ਕੰਮ ਜੋ ਕੀਤੇ ਉਹਨੇ, ਚਾਹੇ ਮਹਿੰਗਾਈ ਵਧੀ, ਆਪਣੇ ਇੰਪਲੋਇਮੈਂਟ ਨਹੀਂ ਹੋਈ ਪੂਰੀ ਤਰ੍ਹਾਂ,
ਕਈ ਮੁੱਦੇ ਐਸੇ ਨੇ ਜਿਹੜੇ ਲੋਕ ਨਾਰਾਜ਼ ਨੇ ਉਹਨਾਂ ਤੋਂ, ਮਹਿੰਗਾਈ ਹੋ ਗਈ, ਫਲਾਣਾ ਹੋ ਗਿਆ, ਲੇਕਿਨ ਓਵਰਆਲ ਜਿਹੜੇ ਉਹਨੇ ਦੂਸਰੇ ਵੱਡੇ ਕੰਮ ਕੀਤੇ ਉਹਦੇ ਵਾਸਤੇ ਉਹ ਸੈਲੂਟ ਹੈ ਉਹਨੂੰ ਸਾਡੇ ਵੱਲੋਂ। ਹਾਂਜੀ, ਅੱਛਾ ਆਮ ਆਦਮੀ ਪਾਰਟੀ ਨੂੰ ਨਹੀਂ ਜਾਂਦੇ? ਆਮ ਆਦਮੀ ਪਾਰਟੀ ਸਾਡੇ ਜ਼ੀਰੋ ਹੈ ਜੀ ਉਹ। ਕਾਂਗਰਸ ਨੂੰ ਹੁਣ ਆਪਾਂ ਦੇਖ ਲਿਆ, 50 ਸਾਲ ਉਹਨੇ ਰਾਜ ਕੀਤਾ ਜੀ, ਉਹ ਤਾਂ ਦੇਖੇ ਹੀ ਆ ਤੁਸੀਂ ਕੀਤੇ। ਹਾਂ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਇਲੈਕਸ਼ਨ ਆਉਣ ਵਾਲੇ ਪੰਜਾਬ ਦੇ ਵਿੱਚ ਕੀ ਚਾਹੁੰਦੇ ਹੋ, ਕਿਹੜੀ ਸਰਕਾਰ ਬਣੇ ਆਪਣੇ ਪੰਜਾਬ ਦੇ? ਮੈਂ ਤਾਂ ਆਪ ਦੀ ਚਾਹੁੰਦਾ ਜੀ, ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੀ ਜੀ। ਅਜੇ ਕਾਰਨ ਕੀ ਹੈ ਕਿ ਆਮ ਆਦਮੀ ਪਾਰਟੀ ਨੂੰ ਜਾਂਦੇ ਹੋ? ਜੇ ਦਸਾਂ ਵਿੱਚ ਨੰਬਰ ਦੇਣੇ ਹੋਣ ਕਿੰਨੇ ਨੰਬਰ ਦੋਗੇ? 9 ਨੰਬਰ ਦੇ ਦੂੰਗਾ ਜੀ ਉਹਨਾਂ ਨੂੰ। 9 ਨੰਬਰ ਦੋਗੇ, ਕਾਰਨ ਕੀ ਹੈ 9 ਨੰਬਰ ਦੇਣ ਦਾ? ਬਿਜਲੀ ਕਰਕੇ ਜੀ, ਬਿਜਲੀ ਦੇ ਬਿੱਲ ਨਹੀਂ ਆਉਂਦੇ ਜੀ। ਅੱਛਾ, ਬਿਜਲੀ ਤਾਂ ਮਾਫ ਕੀਤੀ ਤਾਂ? ਹਾਂਜੀ, ਬੜਾ ਰਿਲੈਕਸ ਮਿਲਿਆ ਜੀ। ਸੋ ਸਾਡੇ ਨਾਲ ਸਰਦਾਰ ਜੀ ਮੌਜੂਦ ਹੈ। ਸਰਦਾਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਰ, ਇਲੈਕਸ਼ਨ ਆਉਣ ਵਾਲੇ ਆ, ਕਿਹਨੂੰ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਬਣੇ? ਪੰਜਾਬ 'ਚ ਅਕਾਲੀ ਦਲ ਦੀ ਸਾਰੀ ਸੀਟਾਂ ਜਿੱਤੇ ਗਏ 13। ਅੱਛਾ, ਕਿਉਂ ਚਾਹੁੰਦੇ ਹੋ ਕਿ ਉਹਦੀ ਸਰਕਾਰ, ਉਹਨਾਂ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ? ਪੰਜਾਬ ਦੇ ਭਲਾ ਸਰਕਾਰ ਨੇ ਜਿੰਨੀ ਡਿਵੈਲਪਮੈਂਟ ਹੋਈ ਹੈ ਸਾਰੀ, ਸੜਕਾਂ ਦੀ, ਮੰਡੀਆਂ ਦੀ, ਸਮਝ ਸਾਰਾ ਕੁਝ ਸਾਰੀ ਅਕਾਲੀ ਦਲ ਦੀ ਸਰਕਾਰ ਹੀ ਕਰਦੀ ਰਹੀ ਹੈ ਜੀ। ਜਿੰਨੇ ਵੀ ਖਾਲੇ ਬਣੇ, ਨਹਿਰਾਂ ਬਣੀਆਂ ਸਾਰੀਆਂ ਅਕਾਲੀ ਦਲ ਦੀ ਸਰਕਾਰ ਕਰਦੇ ਰਹੀ ਹੈ, ਲੋਕਾਂ ਦੇ ਭਲੇ ਕਰਦੇ ਰਹੀ ਹੈ ਉਹਦੇ ਕਰਕੇ। ਅੱਛਾ, ਕਿੰਨੇ ਵਿੱਚੋਂ, 10 ਵਿੱਚੋਂ ਕਿੰਨੇ ਨੰਬਰ ਦੋਗੇ? ਕਿੰਨਾ ਜੋ 10 ਵਿੱਚੋਂ ਕਿੰਨੇ ਨੰਬਰ ਦੋਗੇ? 10 ਦਿਆਂਗੇ, ਘੱਟ ਕਿਉਂ ਕਰਕੇ? ਹਾਂ, ਸਾਨੂੰ ਪਤਾ ਕਿਹਨੂੰ ਮਿਲਣੀ ਹੈ, ਪਤਾ ਲੱਗ ਜਾਣਾ ਤੁਹਾਨੂੰ। ਅੱਜ ਕਿਉਂ ਨਹੀਂ ਜਾਂਦੇ ਬਾਕੀ ਹੋਰ ਸਰਕਾਰਾਂ ਵੀ ਇੱਥੇ ਆਣ? ਕਿਹੜੀਆਂ ਜਿਵੇਂ ਆਮ ਆਦਮੀ ਪਾਰਟੀ ਹੋ ਗਈ, ਬੀਜੇਪੀ ਹੋ ਗਈ, ਕਾਂਗਰਸ ਹੋ ਗਿਆ? ਆਮ ਆਦਮੀ ਪਾਰਟੀ ਆਈ, ਕੀ ਡਿਵੈਲਪਮੈਂਟ ਕੀਤੀ? ਰੋਜ਼ ਬੰਦੇ ਮਰਦੇ ਆ, ਕੀ ਹਾਲ ਹੁੰਦਾ? ਰੋਜ਼ ਐਕਸੀਡੈਂਟ ਹੁੰਦੇ ਆ, ਕੀ ਹਾਲ ਹੁੰਦਾ? ਅਤੇ ਪੰਜਾਬ ਦੇ ਪੈਸੇ, ਅਤੇ ਭਗਵੰਤ ਮਾਨ ਇੱਥੋਂ ਦਾ ਜਹਾਜ਼ ਲੈ ਕੇ ਅਤੇ ਕੇਜਰੀਵਾਲ ਲੈ ਕੇ ਦਿੱਲੀ ਦੂਜੇ ਸੂਬੇ 'ਚ ਤੁਰਿਆ ਫਿਰਦਾ। ਪੰਜਾਬ ਦਾ ਮੁੱਖ ਮੰਤਰੀ ਆ, ਤੂੰ ਇੱਥੇ ਲੋਕਾਂ ਦਾ ਭਲਾ ਕਰ, ਲੋਕਾਂ 'ਚ ਤਕਲੀਫ ਹੈ ਉਹਨਾਂ ਦੀ ਤਕਲੀਫ ਦੂਰ ਕਰ। ਬਿਲਕੁਲ, ਤੂੰ ਤਾਂ ਉਹਨਾਂ ਦਾ ਜਗ੍ਹਾ ਮੁਨਸ਼ੀ ਆ ਕੇਜਰੀਵਾਲ ਦਾ ਜੀ।